ਨਾਲ ਇੱਕ ਦਿਨ ਹੋਇਆ ਕਿ ਮੈਂ 25,000 ਨਾ ਤਾਰੀਖ ਨੂੰ ਦਿੱਤਾ। ਫਿਰ ਮੇਰੇ ਦਿਲ ਵਿੱਚ ਐਵੇਂ ਨਾ ਵਸਵਸ ਆਉਣ ਲੱਗ ਪਿਆ। ਮੈਂ ਆਖਿਆ ਬੜਾ ਕਮੀਨਾ, ਮੈਂ ਆਖਿਆ ਬੜਾ ਕਮੀਨਾ। ਮੈਂ ਆਪਣੇ ਆਪ ਨੂੰ ਇੰਝ ਕਿਹਾ, ਮੈਂ ਆਖਿਆ ਬੜਾ ਕਮੀਨਾ, ਤੂੰ ਹਿਸਾਬ ਕਰਨਾ, ਤੈਨੂੰ ਰੱਬ ਬਗੈਰ ਹਿਸਾਬ ਤੋਂ ਦਿੰਦਾ। ਅੱਛਾ ਉਹ ਜਨਾਬ 8 ਘੰਟੇ ਦੇ ਅੰਦਰ ਜਿਹੜਾ ਮੈਨੂੰ ਜਿਹੜਾ ਕੋਈ 70,000 ਲੱਭ ਗਿਆ। ਮੈਂ ਕਿਹਾ ਵੇਖ ਕਮੀਨਾ, ਐਵੇਂ ਤੂੰ ਆਪਣੇ ਦਿਲ ਵਿੱਚ 25 ਦੇ ਕੇ ਸੋਚਦਾ ਪਿਆ ਸੀ, ਫਿਰ ਕਿੱਥੋਂ ਲਵਾਂਗਾ। ਰੱਬ ਨਾਲ ਸੌਦਾ ਤਾਂ ਇੰਝ ਹੁੰਦਾ, ਮੈਨੂੰ 8 ਘੰਟਿਆਂ ਦੇ ਅੰਦਰ 70,000 ਲੱਭ ਗਿਆ। ਹਾਂਜੀ, ਸਿਰਫ ਦਿਲ ਨੂੰ ਸਿਰਫ ਸਹਾਰਾ ਦੇਣਾ ਪੈਂਦਾ, ਕੁਝ ਨਹੀਂ ਹੁੰਦਾ, ਕੁਝ ਨਹੀਂ ਹੁੰਦਾ। ਹਾਂਜੀ, ਕੁਝ ਨਹੀਂ ਹੁੰਦਾ, ਕੁਝ ਨਹੀਂ ਹੁੰਦਾ। ਮੈਂ ਆਪ ਮੇਰੇ ਆਪਣੇ ਕਈ ਵਾਰੀ ਇੰਝ ਪੀਤੀ ਕਿ ਦੇਣ ਲੱਗਿਆ, ਮੈਂ ਕਿਹਾ ਨਹੀਂ ਨਹੀਂ, ਜਿਹੜੀ ਪਹਿਲੀ ਨੀਅਤ ਕੀਤੀ ਨਾ ਇਮਾਮ ਮੁਹੰਮਦ ਬਾਕਿਰ ਗੁਸਲ ਫਰਮਾਨ ਅੰਦਰ ਗਏ ਨਾ, ਤੇ ਬੜੀ ਕੀਮਤੀ ਆਪ ਦੀ ਕਬਾ ਸੀ, ਤੇ ਆਪ ਨੇ ਦਾਖਿਲ ਹੋਣ ਤੋਂ ਬਾਅਦ ਨਾ ਆਪਣੇ ਗੁਲਾਮ ਨੂੰ ਫਰਮਾਇਆ, ਇਹ ਕੀਮਤੀ ਕਬਾ ਜਿਹੜੀ ਨਾ ਇਹ ਜਾ ਕੇ ਗਰੀਬ ਨੂੰ ਦਿਆ। ਜਦੋਂ ਆਪ ਗੁਸਲ ਕਰਕੇ ਬਾਹਰ ਆਏ ਨਾ, ਤੇ ਆਲਾ ਹਜ਼ਰਤ ਬਰੇਲਵੀ ਫਤਾਵਾ ਰਜ਼ਵੀਆ ਚ ਲਿਖਿਆ, ਤੇ ਆਪ ਦਾ ਗੁਲਾਮ ਕਹਿਣ ਲੱਗਾ, ਹਜ਼ੂਰ ਐਡੀ ਕਿਹੜੀ ਜਲਦੀ ਸੀ, ਤੁਸੀਂ ਗੁਸਲ ਫਰਮਾ ਕੇ ਬਾਹਰ ਆਉਂਦੇ ਤੇ ਤਾਂ ਦੇ ਦਿੰਦੇ। ਆਪ ਨੇ ਫਰਮਾਇਆ ਨਹੀਂ, ਉਸ ਵੇਲੇ ਮੇਰੇ ਦਿਲ ਵਿੱਚ ਖਿਆਲ ਆਇਆ ਮੈਂ ਰਾਏ ਖੁਦਾ ਵਿੱਚ ਦੇ ਦੇਵਾਂ। ਇਹ ਮੈਂ ਕਿਹਾ ਇਹ ਨਾ ਹੋਵੇ ਮੇਰੇ ਬਾਹਰ ਆਉਣ ਤੱਕ ਦਿਲ ਕਈ ਹਿੱਲੇ ਬਣਾ ਚੁੱਕੇ ਹੋ। ਤੁਸੀਂ ਇਹ ਜਿਹੜੇ ਰੱਬ ਨਾਲ ਸੌਦੇ ਕਰ ਰਹੇ ਹੋ ਨਾ, ਮੈਂ ਤਾਂ ਤੁਹਾਡੇ ਵਾਸਤੇ ਹਕੀਕਤ ਹੈ, ਜਦੋਂ ਤੁਹਾਡੇ ਜਜ਼ਬਾਤ ਵੇਖਦਾ ਨਾ ਮੁੰਡਿਆਂ ਦੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਔਰ ਵਾਲਿਹਾਨਾ ਅੰਦਾਜ਼ ਵਿੱਚ ਤੁਸੀਂ ਨਾ ਆਪਣੀ ਜਾਨ ਦੀ ਪਰਵਾਹ ਕਰਦੇ ਹੋ, ਤੇ ਮੈਂ ਤੁਹਾਡੇ ਵਾਸਤੇ ਮੈਂ ਕੁੱਤਾ ਪਾਕ ਰਸੂਲਾਂ ਦਾ ਮੈਂ ਕੀ ਕਰਨਾ, ਮਾਲਕ ਵੇਖ ਰਹੇ ਜਿਹਨਾਂ ਦਾ ਕੰਮ ਹੈ। ਲੇਕਿਨ ਅਸੀਂ ਵੀ ਚੂੰਕਿ ਉਹਨਾਂ ਦੇ ਦਰਦ ਹੈ ਕੋਈ ਝਾੜੂ ਦੇਣ ਵਾਲੀ ਬਾਤਾਂ, ਤੇ ਮੈਂ ਵੀ ਤੁਹਾਡੇ ਵਾਸਤੇ ਹਰ ਵੇਲੇ ਦੁਆਵਾਂ ਮੰਗਣਾ, ਯਾ ਅੱਲਾਹ ਇਹਨਾਂ ਦੇ ਜਜ਼ਬਾਤ ਸਲਾਮਤ ਰੱਖੀ। ਇਹ ਨਾ ਹੋਵੇ, ਕਿਉਂ ਜੀ, ਇਹ ਖਿਆਲ ਹੈ, ਇਹ ਮਲਾਲ ਹੈ ਕਿ ਅਜੀਬ ਜ਼ਮਾਨੇ ਕਾ ਹਾਲ ਹੈ। ਹਾਂਜੀ, ਮੇਰੇ ਆਕਾ ਤੇਰੇ ਦਰ ਸੇ ਕੋਈ ਆ ਕੇ ਮੁਝੇ ਉਠਾ ਨਾ। ਹਾਂਜੀ, ਇਹ ਬੜੇ ਖਤਰਨਾਕ ਮਸਾਇਲ ਹਨ ਕਿ ਰਾਤੀ ਅੱਜ ਸਾਡੇ ਨੱਚਦੇ ਨੱਚਦੇ ਤਾਰੀ ਇੰਜ ਗਿਆ ਤਾਜਦਾਰੇ, ਸਵੇਰੇ ਮਾਮਾ ਮਿਲ ਗਿਆ, ਉਹ ਕਹਿਣ ਲੱਗਾ ਮੁੰਡਿਆ ਤੂੰ ਕਿਹੜੇ ਪਾਸੇ ਲੱਗ ਪਿਆ, ਉਹ ਛੱਡ ਪਰੇ ਮੌਲਵੀ ਇੰਜੀ ਆਉਂਦੇ ਨੂੰ, ਤੇ ਵਸ ਵਸ ਮਾਮੇ ਪਾ ਦਿੱਤਾ, ਫਿਰ ਚਾਚਾ ਮਿਲਿਆ, ਫਿਰ ਫਲਾਣਾ ਮਿਲਿਆ, ਬਲਕਿ ਜਿਹੜਾ ਮਿਲੇ ਨਾ ਉਹਨੂੰ ਕਹਾ ਚਾਚੇ ਤੂੰ ਚਾਚਾ ਜ਼ਰੂਰ ਹੈ, ਤੂੰ ਮਾਮਾ ਜ਼ਰੂਰ ਹੈ, ਮੈਂ ਕਲਮਾ ਹਜ਼ੂਰ ਦਾ ਪੜਿਆ, ਜਾਣਦਾ ਤੂੰ ਇਹਦੇ ਉੱਤੇ ਮੈਂ ਇੱਕ ਮਿਸਾਲ ਦੇਣ ਲੱਗਾ, ਇਹਦੇ ਉੱਤੇ ਮੈਂ ਇੱਕ ਮਿਸਾਲ ਦੇਣ ਲੱਗਾ। ਅੱਲਾਹ ਤਵੱਜੋ, ਬੈਠ ਜਾਓ, ਇਹ ਵੀ ਇੱਕ ਕੈਫੀਅਤ ਹਨ ਨਾ, ਇਹ ਫਤਵੇ ਵਾਲੀਆਂ ਗੱਲਾਂ ਨਹੀਂ, ਹਰ ਬੰਦੇ ਦੇ ਆਪਣੇ ਆਪਣੇ ਮਸਾਇਲ ਹਨ। ਬੈਠ ਜਾਓ ਬੱਚੇ, ਬੈਠ ਜਾਓ। ਲਓ ਜੀ, ਮੈਦਾਨ ਬਦਰ ਵਿੱਚ ਹਜ਼ਰਤ ਮੁਸਅਬ ਬਿਨ ਉਮੈਰ ਮੁਸਲਮਾਨ ਹੋ ਚੁੱਕੇ ਸਨ, ਤੇ ਆਪ ਦੇ ਭਾਈ ਹਜ਼ਰਤ ਅਬੂ ਅਜ਼ੀਜ਼ ਜਿਹੜੇ ਨੇ ਅਜੇ ਮੁਸਲਮਾਨ ਨਹੀਂ ਹੋਏ, ਉਹ ਕੈਦ ਹੋ ਗਏ ਸਨ। ਜਦੋਂ ਸਾਹਬਾਂ ਨੇ ਉਹਨਾਂ ਨੂੰ ਕੈਦ ਕਰ ਲਿਆ, ਤੇ ਹਜ਼ਰਤ ਮੁਹਰਿਜ ਬਿਨ ਨਦਲਾ ਸਾਹਬੀ ਮੁਸਅਬ ਬਿਨ ਉਮੈਰ ਕਰੀਬ ਤੋਂ ਗੁਜ਼ਰੇ ਨਾ, ਤੇ ਹਜ਼ਰਤ ਮੁਹਰਿਜ ਬਿਨ ਨਦਲਾ ਸਾਹਬੀ ਉਹਨਾਂ ਦੇ ਮਸ਼ਕਮ ਬਣ ਰਹੇ ਸਨ, ਹੱਥ ਬਣ ਰਹੇ ਸਨ ਪਿੱਛੇ ਕੈਦੀਆਂ ਦੇ, ਉਹਨਾਂ ਵਿੱਚ ਉਹਨਾਂ ਦੇ ਬਿਰਾਦ ਹੱਥ ਹਜ਼ਰਤ ਮੁਹਰਿਜ ਬਣ ਰਹੇ ਸਨ। ਤੇ ਮੁਸਅਬ ਬਿਨ ਉਮੈਰ ਸੱਕੇ ਬਿਰਾਦ ਦੇ ਕਰੀਬ ਤੋਂ ਜਦੋਂ ਗੁਜ਼ਰੇ ਨਾ, ਤਾਂ ਇਹ ਨਹੀਂ ਕਿਹਾ ਬਈ ਜ਼ਰਾ ਖਿਆਲ ਕਰੀ ਮੇਰਾ ਸੱਕਾ ਬਿਰਾਦ ਹੈ, ਥੋੜਾ ਹੱਥ ਹੌਲਾ ਬਣ ਰੱਖੀ। ਹਜ਼ੂਰ ਗੱਲ ਕਿਵੇਂ, ਇਹ ਈਮਾਨ ਹੈ। ਫਰਮਾ ਉਸ ਦੁੱਧ ਯਦੈ ਹੈ, ਫਰਮਾ ਵੱਲ ਕਰਕੇ ਦੇ ਹੱਥ ਬੰਨੀ, ਸੱਕਾ ਬਿਰਾ ਸੱਕੇ ਬਿਰਾ ਨੂੰ ਕਹਿ ਰਿਹਾ, ਸਾਬੀ ਨੂੰ ਕਹਿ ਰਿਹਾ, ਉਸ ਦੁੱਧ ਯਦੈ ਹੈ ਇਹਦੇ ਵੱਲ ਕਰਕੇ ਹੱਥ ਬੰਨੀ, ਫ ਇਨਾ ਲਹੂ ਉਮਨ ਬੇ ਮੱਕਾ ਤਾ ਕਸੀਰਤ ਉਲ ਮਾਲ, ਇਹਦੇ ਵੱਲ ਕਰਕੇ ਹੱਥ ਬੰਨੀ, ਇਹਦੀ ਮਾਂ ਮੱਕੇ ਚ ਰਹਿੰਦੀ ਆ, ਉਹਦੇ ਕੋਲ ਬੜੇ ਪੈਸੇ ਨੂੰ, ਮਾਂ ਤੇ ਉਹਨਾਂ ਦੀ ਆਪਣੀ ਵੀ ਸੀ। ਫਰਮਾਇਆ ਵੱਲ ਕਰਕੇ ਹੱਥ ਬੰਨੀ, ਫੈਨਾ ਲਹੂ ਉਮਨ ਬੇ ਮੱਕਾ ਤਾ
ਇਹਦੀ ਮਾਂ ਮੱਕੇ ਚ ਰਹਿੰਦੀ ਆ ਤੇ ਉਹਦੇ ਕੋਲ ਬੜੇ ਪੈਸੇ ਨੂੰ ਤੇ ਅਬੂ ਅਜ਼ੀਜ਼ ਕਹਿਣ ਲੱਗੇ ਓਏ ਲਾਲਾ ਓਏ ਤੂੰ ਮੇਰੇ ਬਾਰੇ ਗੱਲ ਕਰ ਰਿਹਾ ਉਹਨੇ ਕਿਹਾ ਮੈਂ ਤੇਰਾ ਵਿਰਾ ਨਹੀਂ ਵਿਰਾ ਤੇ ਉਹ ਵੇ ਮੇਰਾ ਜਿਹੜਾ ਤੇਰੇ ਹੱਥ ਬੰਨ ਰਿਹਾ